everyone welcome to punjabi class today we are going to read a new topic lesson number 2 mera playway school it is a very interesting story let us start reading it mera playway school is paath vich playway school bare dassya gaya hai playway school vich 2.5 sal de bacche nu liya janda hai us nu khed vidhi rahi ਪੜਾਇਆ ਜਾਂਦਾ ਹੈ ਜੋ ਪਲੇ ਵੇ ਸਕੂਲ ਹੈ ਉਸ ਦੇ ਵਿੱਚ ਬੱਚੇ ਨੂੰ 2.5 ਸਾਲ ਦਾ ਲਿਆ ਜਾਂਦਾ ਐ ਐਡਮਿਸ਼ਨ ਕਰਵਾਈ ਜਾਂਦੀ ਹੈ ਔਰ ਉਸ ਨੂੰ ਐਕਟੀਵਿਟੀ ਥਰੂ ਜਿਹੜੀ ਹੈ ਸਟੱਡੀ ਕਰਵਾਈ ਜਾਂਦੀ ਹੈ ਅੱਜ ਮੈਂ 2.5 ਸਾਲਾਂ ਦਾ ਹੋ ਗਿਆ ਹਾਂ ਇਹ ਵਾਲੇ ਲੜਕੇ ਦੀ ਤਸਵੀਰ ਹੈ ਔਰ ਉਹ ਬੋਲ ਰਿਹਾ ਹੈ ਕਿ ਮੈਂ 2.5 ਸਾਲਾਂ ਦਾ ਹੋ ਗਿਆ ਹਾਂ ਮੇਰੀ ਮੰਮੀ ਤੇ ਪਾਪਾ ਮੈਨੂੰ ਕਿਸੇ ਪਲੇ ਵੇ ਸਕੂਲ ਵਿੱਚ ਦਾਖਲ ਕਰਾਉਣਾ ਚਾਹੁੰਦੇ ਹਨ ਪਰ ਮੈਂ ਹਾਲੇ ਸਕੂਲ ਦਾਖਲ ਨਹੀਂ ਹੋਣਾ ਚਾਹੁੰਦਾ ਮੈਂ ਹਾਲੇ ਮੰਮੀ ਦੀ ਗੋਦੀ ਵਿੱਚ ਖੇਡਣਾ ਚਾਹੁੰਦਾ ਹਾਂ ਮੈਂ ਦਾਦੀ ਦੀ ਕੁਸ਼ੜ ਕੁਸ਼ੜ ਦਾ ਮਤਲਬ ਕੀ ਹੁੰਦਾ ਹੈ ਗੋਦੀ ਇੱਥੇ ਉਹ ਮੰਮੀ ਦੀ ਗੋਦੀ ਵਿੱਚ ਖੇਡਣਾ ਚਾਹੁੰਦਾ ਔਰ ਦਾਦੀ ਦੀ ਕੁਸ਼ੜ ਵਿੱਚ ਬਹਿਣਾ ਚਾਹੁੰਦਾ ਹਾਂ ਮੈਂ ਆਪਣੇ ਦਾਦਾ ਜੀ ਨੂੰ ਘੋੜਾ ਬਣਾ ਕੇ ਉਹਨਾਂ ਦੇ ਉੱਪਰ ਬੈਠਣਾ ਚਾਹੁੰਦਾ ਹਾਂ ਇਸ ਵਿੱਚ ਇੱਕ ਲੜਕਾ ਹੈ ਯਾਨਾ ਉਸਦੀ ਗੱਲ ਕੀਤੀ ਗਈ ਹੈ ਉਹ 2.5 ਸਾਲ ਦਾ ਹੋ ਗਿਆ ਹੈ ਔਰ ਉਸਦੇ ਮੰਮੀ ਪਾਪਾ ਉਸ ਨੂੰ ਪਲੇ ਵੇ ਸਕੂਲ ਵਿੱਚ ਦਾਖਲ ਕਰਾਉਣਾ ਚਾਹੁੰਦੇ ਨੇ ਪਰ ਉਸ ਦਾ ਮਨ ਕੀ ਹੈ ਸਕੂਲ ਵਿੱਚ ਨਹੀਂ ਦਾਖਲ ਹੋਣਾ ਉਹ ਕੀ ਚਾਹੁੰਦਾ ਹੈ ਕਿ ਮੈਂ ਆਪਣੀ ਮੰਮੀ ਦੀ ਗੋਦੀ ਵਿੱਚ ਦਾਦੀ ਦੀ ਕੁਸ਼ੜ ਵਿੱਚ ਔਰ ਆਪਣੇ ਦਾਦਾ ਜੀ ਨੂੰ ਕੋੜਾ ਬਣਾ ਕੇ ਉਹਨਾਂ ਦੇ ਉੱਪਰ ਬੈਠਾ ਉਹਨਾਂ ਦੇ ਨਾਲ ਖੇਡਾਂ ਅੱਜ ਮੈਨੂੰ ਸਕੂਲ ਛੱਡਣ ਦੀ ਤਿਆਰੀ ਹੋ ਰਹੀ ਸੀ ਮੈਂ ਉੱਚੀ ਉੱਚੀ ਰੋ ਰਿਆ ਸਾਂ ਮੰਮੀ ਮੈਨੂੰ ਪਿਆਰ ਕਰਦਿਆਂ ਬੋਲੇ ਇਆਂ ਉਥੇ ਖੇਡਾਂ ਖਿਡਾਉਂਦੇ ਹਨ ਉਥੇ ਮੈਡਮਾ ਬਹੁਤ ਪਿਆਰ ਕਰਦੀਆਂ ਹਨ ਉਹ ਬੱਚਿਆਂ ਨੂੰ ਟਾਫੀਆਂ ਚਾਕਲੇਟਾਂ ਵੀ ਦਿੰਦੀਆਂ ਹਨ ਇਯਾਨ ਦੇ ਮੰਮਾ ਨੇ ਉਸ ਨੂੰ ਸਮਝਾਇਆ ਕਿ ਬੇਟਾ ਜਿਸ ਵੀ ਸਕੂਲ ਵਿੱਚ ਤੁਸੀਂ ਜਾਣਾ ਵਾ ਉਥੇ ਬਹੁਤ ਹੀ ਵਧੀਆ এনवायरमेंट ਹੈ ਉਥੇ ਮੈਡਮ ਜੂ ਨੇ ਬਹੁਤ ਪਿਆਰ ਕਰਦੇ ਨੇ ਤੇ ਉਥੇ ਗੇਮਸ ਦੇ ਦੁਆਰਾ ਸਟੱਡੀ ਕਰਾਈ ਜਾਂਦੀ ਉਥੇ ਖੇਡਾਂ ਖੜਾਈਆਂ ਜਾਂਦੀਆਂ ਨੇ ਔਰ ਖਾਣ ਵਾਸਤੇ ਟੌਫੀਆਂ ਚਾਕਲੇਟ ਵੀ ਦਿੱਤੀਆਂ ਜਾਂਦੀਆਂ ਹਨ ਮੈਂ ਮੰਮੀ ਦੀਆਂ ਗੱਲਾਂ ਵਿੱਚ ਆ ਗਿਆ ਇਯਾਨ ਕੀ ਆ ਗਿਆ ਮੰਮੀ ਦੀਆਂ ਗੱਲਾਂ ਵਿੱਚ ਪਾਪਾ ਨੇ ਮੈਨੂੰ ਸਕੂਟਰ ਦੇ ਮੋਹਰੇ ਮੋਹਰੇ ਦਾ ਮਤਲਬ ਕੀ ਹੁੰਦਾ ਹੈ ਅੱਗੇ ਖੜਾ ਕੀਤਾ ਪਾਪਾ ਨੇ ਕਿੱਥੇ ਖੜਾ ਕੀਤਾ ਉਸ ਨੂੰ ਸਕੂਟਰ ਦੇ ਮੋਹਰੇ ਅੱਗੇ ਖੜਾ ਕੀਤਾ ਮੰਮੀ ਪਾਪਾ ਦੇ ਪਿੱਛੇ ਬੈਠ ਗਈ ਥੋੜੀ ਹੀ ਦੇਰ ਵਿੱਚ ਅਸੀਂ ਸਕੂਲੇ ਪਹੁੰਚ ਗਏ ਇਆਂ ਜਿਹੜਾ ਸੀ ਮੰਮੀ ਦੀਆਂ ਗੱਲਾਂ ਵਿੱਚ ਆ ਗਿਆ ਔਰ ਪਾਪਾ ਨੇ ਕੀ ਕੀਤਾ ਸਕੂਟਰ ਦੇ ਮੋਹਰੇ ਖੜਾ ਹੋ ਗਏ ਉਸ ਨੂੰ ਮੋਹਰੇ ਖੜਾ ਕਰ ਲਿਆ ਔਰ ਪਾਪਾ ਉਸ ਦੇ ਮੰਮੀ ਜਿਹੜੀ ਉਹ ਪਾਪਾ ਦੇ ਪਿੱਛੇ ਬੈਠ ਗਈ ਤੇ ਉਹ ਥੋੜੀ ਦੇਰ ਵਿੱਚ ਕਿੱਥੇ ਪਹੁੰਚ ਗਏ ਸਕੂਲ ਸਕੂਲ ਵਿੱਚ ਜਾ ਕੇ ਮੈਂ ਤਰ੍ਹਾਂ ਤਰ੍ਹਾਂ ਦੀਆਂ ਤਰ੍ਹਾਂ ਤਰ੍ਹਾਂ ਦਾ ਮਤਲਬ ਕੀ ਹੁੰਦਾ ਕਈ ਕਿਸਮਾਂ ਦੀਆਂ ਖੇਡਾਂ ਦੇਖੀਆਂ ਮੈਡਮਾਂ ਵੀ ਬੱਚਿਆਂ ਨਾਲ ਪਿਆਰ ਕਰ ਰਹੀਆਂ ਸਨ ਮੈਨੂੰ ਦੇਖ ਕੇ ਇੱਕ ਮੈਡਮ ਦੌੜੇ ਆਈ ਉਹਨਾਂ ਨੇ ਮੈਨੂੰ ਗੋਦੀ ਵਿੱਚ ਚੁੱਕ ਲਿਆ ਤੇ ਕਹਿਣ ਲੱਗੇ ਇਯਾਨ ਤੁਸੀਂ ਬਹੁਤ ਪਿਆਰੇ ਬੱਚੇ ਹੋ ਕੀ ਹੁੰਦਾ ਹੈ ਜਦੋਂ ਸਕੂਲ ਜਾਂਦਾ ਹੈ ਤੇ ਸਕੂਲ ਦੇ ਵਿੱਚ ਬੜੀਆਂ ਸਾਰੀਆਂ ਗੇਮਸ ਦੇਖਦਾ ਹੈ ਔਰ ਬਾਅਦ ਵਿੱਚ ਕੀ ਦੇਖਦਾ ਹੈ ਕਿ ਮੈਡਮਾਂ ਜਿਹੜੀਆਂ ਨੇ ਉਹ ਬੱਚਿਆਂ ਨਾਲ ਬਹੁਤ ਜ਼ਿਆਦਾ ਪਿਆਰ ਕਰ ਰਹੀਆਂ ਨੇ ਔਰ ਇੱਕ ਮੈਡਮ ਜਿਹੜੇ ਦੌੜੇ ਦੌੜੇ ਆਏ ਔਰ ਉਸ ਨੂੰ ਕੀ ਕੀਤਾ ਗੋਦੀ ਵਿੱਚ ਚੁੱਕ ਕੇ ਪਿਆਰ ਕਰਨ ਲੱਗ ਪਏ ਸਕੂਲ ਦਾ ਮਾਹੌਲ ਮੈਨੂੰ ਬਹੁਤ ਚੰਗਾ ਲੱਗਾ ਮਾਹੌਲ ਦਾ ਮਤਲਬ ਵਾਤਾਵਰਣ ਇਹ ਤਸਵੀਰ ਦੇ ਵਿੱਚ ਦੇਖੋ ਬੱਚੇ ਸਾਰੇ ਜਿਹੜੇ ਨੇ ਖੇਡ ਰਹੇ ਨੇ ਸਕੂਲ ਦਾ ਮਾਹੌਲ ਉਸਨੂੰ ਕੀ ਲੱਗਾ ਚੰਗਾ ਮੈਂ ਉਸ ਦਿਨ ਖੂਬ ਖੇਡਾਂ ਖੇਡੀਆਂ ਫਿਰ ਮੈਂ ਬੱਗੀ ਵਿੱਚ ਬੈਠ ਕੇ ਰੋਜ਼ ਸਕੂਲ ਜਾਣ ਲੱਗਾ ਕਦੇ ਵਿੱਚ ਬੈਠ ਕੇ ਜਾਣ ਲੱਗਾ ਬੱਗੀ ਦੇ ਵਿੱਚ ਸਭ ਤੋਂ ਪਹਿਲੇ ਦਿਨ ਉਸਦੇ ਪਾਪਾ ਉਸਨੂੰ ਸਕੂਟਰ ਤੇ ਛੱਡ ਕੇ ਆਏ ਲੇਕਿਨ ਬਾਅਦ ਵਿੱਚ ਉਹ ਸਕੂਲ ਕਿਹਦੇ ਤੇ ਜਾਣ ਲੱਗਾ ਬੱਗੀ ਵਿੱਚ ਮੈਂ ਇਥੋਂ ਪ੍ਰੀ ਨਰਸਰੀ ਐਲ ਕੇ ਜੀ ਯੂ ਕੇ ਜੀ ਜਮਾਤਾਂ ਪਾਸ ਕੀਤੀਆਂ ਭਾਵੇਂ ਮੈਂ ਅੱਜ ਵੱਡੇ ਸਕੂਲ ਵਿੱਚ ਦਾਖਲ ਹੋ ਗਿਆ ਹਾਂ ਪਰ ਮੈਨੂੰ ਮੇਰਾ ਪਲੇਵੇ ਸਕੂਲ ਰਤਾ ਨਹੀਂ ਭੁੱਲਦਾ ਔਖੇ ਸ਼ਬਦਾਂ ਦੇ ਅਰਥ ਨੇ ਕੁਸ਼ੜ ਦਾ ਮਤਲਬ ਕੀ ਹੁੰਦਾ ਗੋਦੀ ਤਰ੍ਹਾਂ ਤਰ੍ਹਾਂ ਦੀਆਂ ਮਤਲਬ ਕਈ ਕਿਸਮ ਦੀਆਂ ਮੋਹਰੇ ਮਤਲਬ ਅੱਗੇ ਮਾਹੌਲ ਮਤਲਬ ਵਾਤਾਵਰਨ ਥੈਂਕ ਯੂ ਹੈਵ ਅ ਨਾਈਸ ਡੇ